ਕੇਂਦਰੀ ਸੂਚਨਾ ਟੈਕਨੋਲੋਜੀ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਨੂੰ ਆਲਮੀ ਮੰਚ ਤੇ ਟੈਕਨੋਲੋਜੀ ਦੇ ਸਹਿ ਨਿਰਮਾਤਾ ਅਤੇ ਵਿਕਾਸ ਕਰਤਾ ਵਜੋਂ ਦੇਖਿਆ ਜਾ ਰਿਹਾ ਹੈ ਨਵੀਂ ਦਿੱਲੀ ਵਿੱਚ ਰਾਏਸੀਨਾ ਡਾਇਲੌਗ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤਵੀਂ ਕਿਪਰੋਸਿਮਨ ਸਾਥੀ ਵਜੂ ਵੀ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਪਹਿਲ ਕਦਮੀਆਂ ਸਦਕਾ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਆਪਣਾ ਸਥਾਨ ਬਣਾ ਰਿਹਾ ਹੈ। ਅਸ਼ਵਨੀ ਵੈਸ਼ਵਨ ਨੇ ਕਿਹਾ ਕਿ ਅਗਲੇ 5 ਸਾਲਾਂ ਵਿੱਚ ਸੇਵਾਵਾਂ ਤੇ ਨਿਰਮਾਣ ਸਿੱਖਿਆ ਬਰਨਾਲੀ ਸੇ ਸੰਭਾਲ ਅਤੇ ਅਹਿਮ ਟੈਕਨੋਲੋਜੀਆ ਤੇ ਧਿਆਨ ਦਿੱਤਾ ਜਾਵੇਗਾ।